50 ਗਰੀਬਾਂ ਦੇ ਉੱਤੇ ਸਾਡੇ ਸ਼ਾਲਟੇ ਹੀ ਪੈਣੀ ਆ। ਥੱਲਿਓਂ ਬਾਹਰ ਦਾ ਨਾ ਸਿਉਂਕ ਨੇ ਖਾ ਲਿਆ, ਉਹ ਵੀ ਸਾਡੀ ਲੇਬਰ 'ਤੇ ਆ। ਸ਼ਾਲਟੇ ਪੈ ਗਈ, ਉਹ ਵੀ ਸਾਡੀ ਲੇਬਰ 'ਤੇ ਆ। ਇਹਨੂੰ ਕੋਈ ਕੁਆਲਿਟੀ ਕੱਟ ਲੱਗ ਗਿਆ ਸਾਡੀ, ਉਹ ਵੀ ਲੇਬਰ 'ਤੇ ਆ। ਅਸੀਂ ਤਾਂ ਚਾਰੇ ਪਾਸੇ ਮਾਰੇ ਗਏ। ਸਾਡਾ ਜੀ ਇਹ ਹੈ ਵੀ ਝੋਨੇ ਦਾ ਜਿਹੜਾ ਸੀਜ਼ਨ ਆ ਪੂਰੇ ਜ਼ੋਰਾਂ 'ਤੇ ਆ ਜੀ। ਇੱਕ ਉੱਤੇ ਪਰਮਾਤਮਾ ਵੀ ਥੋੜ੍ਹਾ ਜਿਹਾ ਮਿਹਰਬਾਨ ਹੋਇਆ ਹੈ। ਤੁਸੀਂ ਰਾਤ ਵੀ ਦੇਖਿਆ ਹੋਊਗਾ ਵੀ ਬਾਰਿਸ਼ ਹੋਈ ਆ, ਪਰਸੋਂ ਰਾਤ ਵੀ ਬਾਰਿਸ਼ ਹੋਈ ਜੀ। ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਸੂਬਾ ਪੱਧਰੀ ਇੱਕ ਹੜਤਾਲ ਹੋਈ ਹੋਈ ਆ ਸ਼ੈਲ ਰੈਸੋਸੀਏਸ਼ਨ ਵਾਲਿਆਂ ਦੀ ਜੀ। ਉਹਨੇ ਸ਼ੋਰ ਕੀਤਾ ਵੀ ਕੋਈ ਪ੍ਰੋਬਲਮ ਨਹੀਂ ਆਊਗੀ, ਲਿਫਟਿੰਗ ਹੋਊਗੀ, ਬਕਾਇਦਾ ਹੋਊਗੀ। ਅਸੀਂ ਹੜਤਾਲ ਖਤਮ ਕਰਤੀ ਉਹਨਾਂ ਦੀ ਇੰਸ਼ੋਰੈਂਸ 'ਤੇ, ਔਰ ਅਸੀਂ ਕੰਮ ਕੀਤਾ ਆ ਕੇ ਮੰਡੀਆਂ ਦੇ ਵਿੱਚ। ਔਰ ਤੁਸੀਂ ਦੇਖ ਲਓ ਸਾਡੇ ਸਾਹਮਣੇ ਵੀ ਅਸ ਕਿੱਡੇ ਕਿੱਡੇ ਢੇਰ ਲੱਗੇ ਪਏ ਆ। ਐਂ ਲੱਗਦਾ ਜਿਵੇਂ ਸਿੱਧਾ ਜੀ ਰੈਗੂਲਰ ਗਰਾਊਂਡ 24 ਨਿਊਜ਼ ਚੈਨਲ 'ਤੇ, ਮੈਂ ਤੁਹਾਡਾ ਆਪਣਾ ਰਾਜ ਗਾਲਵ। ਅੱਜ ਅਸੀਂ ਪਹੁੰਚੇ ਹਾਂ ਜਗਰਾਓਂ ਮੰਡੀ ਵਿਖੇ, ਜਿੱਥੇ ਕਿ ਜੋ ਸਮੱਸਿਆਵਾਂ ਲਿਫਟਿੰਗ ਦੀ ਸਮੱਸਿਆ ਆ ਰਹੀ ਆ, ਜੋ ਸ਼ੈਲਰ ਵੱਲੋਂ ਵੀ ਜੋ ਹੜਤਾਲ ਕੀਤੀ ਗਈ ਆ, ਕੀ ਸਮੱਸਿਆਵਾਂ ਹੈਗੀਆਂ। ਗੱਲਾ ਯੂਨੀਅਨ ਦੇ ਮੈਂਬਰ ਸਵਾਨ ਹੈਗੇ ਆ, ਅਤੇ ਆੜ੍ਹਤੀ ਐਸੋਸੀਏਸ਼ਨ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਜੋ ਮੈਂਬਰ ਹੈਗੇ ਆ, ਅਤੇ ਉਹਨਾਂ ਦੇ ਜੋ ਪ੍ਰਧਾਨ ਹੈਗੇ ਆ ਕਨ੍ਹੱਈਆ ਲਾਲ ਜੀ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਇਸ ਮਸਲੇ ਵਿੱਚ ਪੱਖ ਹੈਗਾ, ਆਪਾਂ ਜਾਣਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ ਜੀ ਗਾਲਵ ਸਾਹਿਬ, ਪਹਿਲਾਂ ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੀ ਸਮੱਸਿਆ ਨੂੰ ਸੁਣਨ ਲਈ, ਸਮੱਸਿਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜੀ ਸਾਡੇ ਕੋਲ ਤੁਸੀਂ ਪਹੁੰਚੇ ਹੋ। ਬੜੇ ਧੰਨਵਾਦ ਆ ਜੀ ਤੁਹਾਡਾ, ਕਰਦੇ ਸਾਰੀ ਸਮੁੱਚੀ ਐਸੋਸੀਏਸ਼ਨ। ਸਮੱਸਿਆ ਤਾਂ ਜੀ ਇਹ ਹੈ ਵੀ ਝੋਨੇ ਦਾ ਜਿਹੜਾ ਸੀਜ਼ਨ ਆ ਪੂਰੇ ਜ਼ੋਰਾਂ 'ਤੇ ਆ ਜੀ। ਇੱਕ ਉੱਤੋਂ ਪਰਮਾਤਮਾ ਵੀ ਥੋੜ੍ਹਾ ਜਿਹਾ ਮਿਹਰਬਾਨ ਹੋਇਆ ਹੈ। ਤੁਸੀਂ ਰਾਤ ਵੀ ਦੇਖਿਆ ਹੋਊਗਾ ਵੀ ਬਾਰਿਸ਼ ਹੋਈ ਆ, ਪਰਸੋਂ ਰਾਤ ਵੀ ਬਾਰਿਸ਼ ਹੋਈ ਜੀ। ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਸੂਬਾ ਪੱਧਰੀ ਇੱਕ ਹੜਤਾਲ ਹੋਈ ਹੋਈ ਆ ਸ਼ੈਲ ਰੈਸੋਸੀਏਸ਼ਨ ਵਾਲਿਆਂ ਦੀ ਜੀ। ਉਹ ਸ਼ੈਲ ਰੈਸੋਸੀਏਸ਼ਨ ਨੇ ਜਿਹੜੀ ਹੜਤਾਲ ਕੀਤੀ ਆ, ਉਹਨਾਂ ਦਾ ਕੋਈ ਫੋਰਟੀਫਾਈਡ ਰਾਈਸ ਦਾ ਕੋਈ ਰੋਲਾ, ਉਹਨਾਂ ਦੇ ਜਿਹੜੇ ਪੁਰਾਣੇ ਪਿਛਲੇ ਸਾਲ ਦੇ ਚੱਕੇ ਜਿਹੜੇ ਸੀਗੇ ਉਹਨਾਂ ਚੱਕਿਆਂ ਦਾ ਰੋਲਾ, ਜਿਹਦੇ ਪੇਟੇ ਉਹ ਉਹਨਾਂ ਨੂੰ ਲੱਖਾਂ ਰੁਪਈਆ ਜਿਹੜੀ ਹੈਗੀ ਆ ਸੈਂਟਰ ਸਰਕਾਰ ਉਹਨਾਂ ਤੋਂ ਉਸ ਚੱਕਿਆਂ ਦੇ ਪੇਟੇ ਮੰਗ ਰਹੀ ਹੈ ਜੀ, ਇੱਕ ਇੱਕ ਸ਼ੈਲਰ ਤੋਂ ਜੀ। ਸੂਬਾ ਪੱਧਰੀ ਸ਼ੈਲਰ ਦੀ ਹੜਤਾਲ ਹੋਣ ਕਰਕੇ ਮੰਡੀ ਦੇ ਵਿੱਚ ਜਿਹੜਾ ਹੈਗਾ ਝੋਨੇ ਦਾ ਜਿਹੜਾ ਜਾਮ ਲੱਗਿਆ ਹੋਇਆ, ਸ਼ੈਲਰ ਵਾਲੇ ਮਾਲ ਚੱਕਣ ਨੂੰ ਤਿਆਰ ਨਹੀਂ ਜੀ। ਹੁਣ ਤੁਸੀਂ ਆਪਣੀ ਜਗਰਾਓਂ ਦੀ ਮੰਡੀ ਲਾ ਲਓ, ਜਗਰਾਓਂ ਦੀ ਮੰਡੀ ਵਿੱਚ 7 ਤੋਂ 7.5 ਲੱਖ ਬੋਰੀ ਜਗਰਾਓਂ ਦੀ ਟੋਟਲ, ਜਿੰਨੀਆਂ ਵੀ ਸਾਡੇ 16 ਖਰੀਦ ਕੇਂਦਰ ਹੈਗੇ ਜਗਰਾਓਂ ਦੇ ਮੇਨ ਯਾਰਡ ਨੂੰ ਮਿਲਾ ਕੇ ਜੀ, 7.5 ਲੱਖ ਬੋਰੀ ਉੱਥੇ ਖਰੀਦੀ ਜਾ ਚੁੱਕੀ ਹੈ, ਜਿਹਦੇ ਵਿੱਚੋਂ ਹਾਲ ਤੱਕ ਸਿਰਫ 6100 ਬੋਰੀ ਲਿਫਟਿੰਗ ਹੋਈ ਆ ਜੀ। ਮਾਲ ਨੂੰ ਸੰਭਾਲਣਾ ਆੜ੍ਹਤੀ ਵਾਸਤੇ ਅਤੇ ਮਜ਼ਦੂਰਾਂ ਵਾਸਤੇ ਬਹੁਤ ਔਖਾ। ਹੁਣ ਤੁਸੀਂ ਦੇਖੋ ਵੀ ਮਜ਼ਦੂਰਾਂ ਨੂੰ ਜਿਹੜਾ ਹੁਣ ਮਾਲ ਜਿਹਦੇ 'ਤੇ ਹੁਣ ਮੀਂਹ ਪਿਆ, ਹੁਣ ਦੇਖੋ ਉਹਦੀਆਂ ਧਾਕਾਂ ਮੋੜਦੇ ਪਏ ਮਜ਼ਦੂਰ ਸਾਰੀ ਮੰਡੀ ਦੇ ਵਿੱਚ ਜੀ। ਉਹਨਾਂ ਨੂੰ ਉਹਦੇ 4 ਰੁਪਏ ਲੋਡਿੰਗ ਦੇ ਪੈਂਦੇ, 4 ਰੁਪਏ ਲੋਡਿੰਗ ਦੇ ਉਹਨਾਂ ਨੂੰ ਗਾਂਹ ਟਰੱਕਾਂ 'ਚ ਮਿਲਣਾ ਮਿਲਣੇ, ਉਹਨਾਂ ਨੂੰ 2.5 ਰੁਪਏ ਆ, ਉਹਨਾਂ ਦਾ ਨੁਕਸਾਨ ਆ, ਨੁਕਸਾਨ ਨਾਲ ਸਾਡਾ ਵਾ। ਅਸੀਂ ਹੁਣ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਨੂੰ ਦੇਖਦੇ ਹੋਏ, ਆੜ੍ਹਤੀ ਐਸੋਸੀਏਸ਼ਨ ਨੇ ਕੱਲ੍ਹ ਅਤੇ ਗੱਲਾਂ ਮਜ਼ਦੂਰ ਯੂਨੀਅਨ ਨੇ ਜੀ, ਅਸੀਂ ਦੋਨੇ ਜਿਹੜੀਆਂ ਸਾਡੀਆਂ ਹੈਗੀਆਂ ਸਾਡੀਆਂ ਐਸੋਸੀਏਸ਼ਨਾਂ, ਅਸੀਂ ਦੋਨਾਂ ਨੇ ਰਲ ਕੇ ਜਥੇਬੰਦੀਆਂ ਨੇ ਜਗਰਾਓਂ ਜਿਹੜਾ ਹੈਗਾ ਅਸੀਂ ਬੰਦ ਕਰਨ ਦੀ ਕਾਲ ਕੀਤੀ ਆ ਵੀ ਜਗਰਾਓਂ ਦੇ ਵਿੱਚ ਅਸੀਂ ਨਾ ਤਾਂ ਕੋਈ ਟਰਾਲੀ ਨੂੰ ਲਾਵਾਂਗੇ ਅਤੇ ਨਾ ਹੀ ਅਸੀਂ ਕਿਸੇ ਗੱਲ 'ਤੇ, ਮਤਲਬ ਨਾ ਹੀ ਇਹਨੂੰ ਮਾਲ ਨੂੰ ਸਿਲਾਈ ਕਰਾਂਗੇ, ਨਾ ਹੀ ਅਸੀਂ ਇਹਦੀ ਮਾਲ ਦੀ ਭਰਾਈ ਕਰਾਂਗੇ ਜੀ। ਕਾਰਨ ਇਹ ਹੈ ਵੀ ਜੇ ਅਸੀਂ ਮਾਲ ਭਰ ਭਰ ਕੇ ਰੱਖੀ ਗਏ, ਗੌਰਮੈਂਟ ਤਾਂ ਖਰੀਦਣ ਨੂੰ ਤਿਆਰ ਹੈ ਜੀ, ਪਰ ਜੇ ਅਸੀਂ ਮਾਲ ਭਰ ਭਰ ਕੇ ਰੱਖੀ ਕੱਲ੍ਹ ਨੂੰ ਛੋਟੀਆਂ ਦਾ ਕੌਣ ਜ਼ਿੰਮੇਵਾਰ ਆ? ਇੱਕ ਹੋਰ ਸਭ ਤੋਂ ਵੱਡੀ ਦਿੱਕਤ ਇਹ ਆਉਣੀ ਆ ਵੀ ਮੰਡੀ ਦੇ ਵਿੱਚ ਹੁਣ ਜਿਵੇਂ ਬਾਰਦਾਨਾ ਪਿਆ, ਇਹ ਬਾਰਦਾਨਾ ਬਿਲਕੁਲ ਨਹੀਂ, ਬੋਰੀਆਂ ਜਿਹੜੀਆਂ ਭਰੀਆਂ ਪਈਆਂ ਬਿਲਕੁਲ ਨਹੀਂ ਹਿੱਲੀਆਂ, ਇਹ ਬਾਰਦਾਨਾ ਮਤਲਬ ਕੁਆਲਿਟੀ ਕੋਈ ਇਹਦੀ ਐਡੀ ਬਾਹਲੀ ਵਧੀਆ ਨਹੀਂ ਹੈਗੀ, ਕੁਆਲਿਟੀ ਇਹਦੀ ਖਰਾਬ ਹੋਏ ਨਾ ਬਾਰਦਾਨਾ ਗਲ ਜਾਣਾ। ਬਾਕੀ ਝੋਨੇ ਦੇ ਨੁਕਸਾਨ ਬਹੁਤ ਆ, ਜਿਹੜੀ ਬੋਰੀ 'ਤੇ ਮੀਂਹ ਪੈ ਗਿਆ ਉਸ ਬੋਰੀ ਦੇ ਜਿਹੜੀ ਝੋਨੇ ਦਾ ਕੁਆਲਿਟੀ ਆ, ਝੋਨੇ ਦੀ ਕੁਆਲਿਟੀ ਦੇ ਵਿੱਚ ਦੇਖੋ ਅਸਰ ਪੈਣਾ ਹੀ ਪੈਣਾ ਜੀ। ਸਾਡੀਆਂ ਸਾਡੀ ਵੀ ਆੜ੍ਹਤੀ ਐਸੋਸੀਏਸ਼ਨ ਦੀ ਪਹਿਲਾਂ ਹੜਤਾਲ ਸੀ, 11 ਤਰੀਕ ਨੂੰ ਸਾਡੀ ਹੜਤਾਲ ਰਹੀ ਹੈ, ਸਾਰਾ ਦਿਨ ਸਾਡਾ ਵੀ ਬੰਦ ਰਿਹਾ, ਉਸ ਤੋਂ ਪਹਿਲਾਂ ਗੱਲਾਂ ਮਜ਼ਦੂਰ ਜਿੰਦੀ ਹੜਤਾਲ ਰਹੀ ਆ। ਸਾਡੀਆਂ ਵੀ ਕੋਈ ਮੰਗਾਂ ਸੀ, ਪਰ ਸਾਡੀਆਂ ਮੰਗਾਂ ਨੂੰ ਵੀ ਸਰਕਾਰ ਨੇ ਕੋਈ ਬਾਹਲਾ ਸੁਣਿਆ ਨਹੀਂ। ਹੁਣ ਆ ਜਿਹੜੀ ਸ਼ੈਲਰ ਐਸੋਸੀਏਸ਼ਨ ਦੀ ਜਿਹੜੀ ਮੰਗ ਆ, ਅਸੀਂ ਇਸ ਮੰਗ ਨੂੰ ਬੜੀ ਵਾਜਬ ਸਮਝਦੇ ਹਾਂ, ਸੋ ਅਸੀਂ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਦੇ ਨਾਲ ਹੀ ਅਸੀਂ ਆਪਦੀ ਮੰਡੀ ਬੰਦ ਕਰਨ ਦਾ ਐਲਾਨ ਕੀਤਾ। ਜਦੋਂ ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਦਾ ਕੋਈ ਹੱਲ ਸਿੱਟਾ ਕੋਈ ਨਿਕਲੂਗਾ, ਸਰਕਾਰ ਕੋਈ ਇਹਨਾਂ ਦਾ ਸਿੱਟਾ ਕੱਢੂਗੀ, ਕੱਲ੍ਹ ਨੂੰ ਕੰਮ ਚੱਲੂਗਾ ਤਾਂ ਅਸੀਂ ਸਾਡੇ ਮੰਡੀ ਦਾ ਜਿਹੜਾ ਕੰਮ ਚੱਲੂਗਾ ਇਹਨਾਂ ਇਹੀ। ਪ੍ਰਧਾਨ ਜੀ, ਮਤਲਬ ਜੋ MLA ਹੈਗੇ ਹਲਕਾ ਦੇ ਆਪਣੇ ਸਰਬਜੀਤ ਕੌਰ ਮਾਣੂਕੇ, ਉਹਨਾਂ ਨਾਲ ਕੋਈ ਰਾਬਤਾ ਹੋਇਆ ਇਸ ਸੰਬੰਧੀ ਤੁਹਾਡਾ? ਦੇਖੋ MLA ਸਾਹਿਬ ਲੱਗੇ ਹੋਏ ਆ, ਉਹ ਲੱਗੇ ਹੋਏ ਆਪਦੀ ਕੋਸ਼ਿਸ਼ 'ਤੇ, ਹਰੇਕ ਜਿਹੜਾ ਹਲਕੇ ਦੇ MLA ਉਹਨਾਂ ਨੂੰ ਫਿਕਰ ਤਾਂ ਹੁੰਦਾ ਹੀ ਆ ਜੀ। ਬਾਕੀ ਕੱਲ੍ਹ ਸਾਡੀ SDM ਸਾਹਿਬ ਨਾਲ ਵੀ ਗੱਲ ਹੋਈ, SDM ਸਾਹਿਬ ਨਾਲ ਵੀ ਪੂਰਾ ਸਾਡਾ ਰਾਬਤਾ ਕਾਇਮ ਆ। SDM ਸਾਹਿਬ ਵੀ ਕਹਿੰਦੇ ਵੀ ਮੈਂ ਜਲਦ ਤੋਂ ਜਲਦ, ਮਤਲਬ ਇਹ ਜਿਹੜੀਆਂ ਦੇਖੋ ਇਹਦੇ ਵਿੱਚ ਨਾ ਜੀ, ਇਹ ਸੂਬਾ ਪੱਧਰੀ ਹੜਤਾਲਾਂ ਜੀ, ਇਹ ਪੰਜਾਬ ਪੱਧਰ ਦਾ ਕੰਮ ਆ, ਇਕੱਲੇ ਜਗਰਾਓਂ ਦਾ ਕੰਮ ਨਹੀਂ ਹੈਗਾ, ਇਕੱਲਾ ਜਗਰਾਓਂ ਦਾ। ਜਗਰਾਓਂ ਦੀ ਜੇ ਤੁਸੀਂ ਕਹੋਗੇ, ਜਗਰਾਓਂ ਦੇ ਪ੍ਰਧਾਨਾਂ ਦੀ ਹੜਤਾਲ ਨਹੀਂ ਹੈਗੀ, ਇਹ ਜਗਰਾਓਂ ਦੇ ਜਿਹੜੇ ਸਾਡੇ ਕੱਲ੍ਹ ਸ਼ੈਲਰ ਐਸੋਸੀਏਸ਼ਨ ਦੇ ਦੋਨੇ ਪ੍ਰਧਾਨ ਅੰਕੁਰ ਗੁਪਤਾ ਅਤੇ ਹਰੀਓ ਮਿੱਤਲ ਜੀ ਬੈਠੇ ਸੀ, ਉਹਨਾਂ ਨੇ ਕਿਹਾ ਵੀ ਸਾਡੀ ਇਹ ਪ੍ਰਧਾਨਾਂ ਦੀ ਹੜਤਾਲ ਨਹੀਂ ਹੈਗੀ, ਇਹ ਤਾਂ ਮਿਲਣਾਂ ਦੀ ਹੜਤਾਲ ਆ ਜੀ, ਇਹ ਗੱਲ ਆ ਜੀ।
सरकार लेवल तक मतलब सीएम लेवल तक मतलब सीएम लेवल ला लो जी सेंटर सेंटर सरकार का लगा लो भी चीज़ा के उत्ते डिपेंडेंसी ज्यादा ठीक है जी। हाँ, जे इस मसले का हल नहीं होंगे है सारी मंडी गेड़ा कढ़ी आ ढेर लगे पे झोने के बोरियां माल भरे पे चक्के लगे पे आड़ती कितना सांभ लूगा जी। सो असीं जिमीदारां नूं बेनती करते हैं वध तो वध तुसीं भी इस गल दे विच आ के किसान भरावां नूं भी तुसीं भी इस गल दे विच आओ साडे नाल सहयोग दिओ ਤੁਸੀਂ ਵੀ ਸਾਡੇ ਨਾਲ ਇਸ ਜਿਹੜਾ ਸਾਡੇ 'ਤੇ ਜਿਹੜਾ ਇਹ ਜਿਹੜਾ ਕੁਦਰਤੀ ਲਾ ਲਓ ਅਤੇ ਜਿਹੜਾ ਸਰਕਾਰ ਦਾ ਸੈਂਟਰ ਸਰਕਾਰ ਦਾ ਲਾ ਲਓ ਕਹਿਰ ਜਿਹੜਾ ਸਾਡੇ 'ਤੇ ਵਰਤਿਆ ਸਾਡਾ ਉਹਦੀ ਸਾਡਾ ਸਾਥ ਦੇਵੋ ਠੀਕ ਹੈ ਹਾਂਜੀ ਕੀ ਕਹਿਣਾ ਤੁਹਾਨੂੰ ਗੱਲ ਹੈ ਵੀ ਜਿਹੜੀ ਇਹ ਸਾਡੀ ਹੜਤਾਲ ਹੈ ਜੀ ਉਹ ਇਸ ਕਰਕੇ ਹੈ ਵੀ ਸਾਡਾ ਮਾਲ ਲਿਫਟ ਨਹੀਂ ਹੋ ਰਿਹਾ ਹੈਗਾ ਜੀ ਮਾਲ ਲਿਫਟ ਇਸ ਕਰਕੇ ਨਹੀਂ ਹੋ ਰਿਹਾ ਹੈਗਾ ਕੋਈ ਸ਼ੈਲਰ ਦੀ ਹੜਤਾਲ ਹੈ ਜੀ ਸ਼ੈਲਰ ਨਾਲ ਸੈਂਟਰ ਗਵਰਨਮੈਂਟ ਧੱਕਾ ਕਰ ਰਹੀ ਹੈ ਜਿਹੜੇ ਚੌਲ ਉਹਨਾਂ ਦੇ ਪਿਛਲੇ ਸਾਲ ਲਵਾ ਲਏ ਉਹਨਾਂ ਦੇ ਬਦਲੇ ਉਹ ਪੈਸੇ ਮੰਗ ਰਹੇ ਆ ਜਿਹੜੇ ਕਿ ਕਰੋੜਾਂ ਰੁਪਈਆਂ ਦੇ ਵਿੱਚ ਹੀ ਹੈ ਔਰ ਉਹ ਦੇਣ ਦੇ ਵਿੱਚ ਸਮਰੱਥ ਵੀ ਨਹੀਂ ਹੈ ਇੰਨੇ ਪੈਸੇ ਹੈ ਜੀ ਸੋ ਇਹਦੇ ਕਰਕੇ ਉਹਨਾਂ ਨੇ ਅੱਜ ਆਪਣੀਆਂ ਚਾਬੀਆਂ ਜਿਹੜੀਆਂ ਸਰਕਾਰ ਨੂੰ ਆਪਣੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਹੈ ਆਪਣੇ ਫੂਡ ਗ੍ਰੇਨ ਵਾਲੇ ਉਹਨਾਂ ਨੂੰ ਉਹਨਾਂ ਨੇ ਸਾਂਭਤੀਆਂ ਵੈ ਜੀ ਔਰ ਮੈਨੂੰ ਲੱਗਦਾ ਵੀ ਇੱਕ ਦਿਨ ਸਾਨੂੰ ਵੀ ਆਪਣੀਆਂ ਚਾਬੀਆਂ ਉਹਨਾਂ ਨੂੰ ਸਾਂਭਣੀਆਂ ਪੈਣੀਆਂ ਵੈ ਕਿਉਂਕਿ ਗੱਲ ਹੈ ਵੀ ਨਾ ਲਾਉਣ ਨੂੰ ਜਗ੍ਹਾ ਅਸੀਂ ਜ਼ਿਮੀਦਾਰ ਦਾ ਅਸੀਂ ਪੱਖੀ ਹਾਂ ਪੂਰੇ ਹਾਲਾਂਕਿ ਸਾਡਾ ਸਾਰਾ ਜੋ ਸਾਡਾ ਆਪਦਾ ਸਿਸਟਮ ਹੈ ਉਹ ਜ਼ਿਮੀਦਾਰਾਂ ਦੇ ਨਾਲ ਸਾਡਾ ਸੰਬੰਧਿਤ ਹੈ ਜੀ ਅਸੀਂ ਨਹੀਂ ਚਾਹੁੰਦੇ ਵੀ ਜ਼ਿਮੀਦਾਰਾਂ ਨੂੰ ਕੋਈ ਪ੍ਰੋਬਲਮ ਆਵੇ ਪਰ ਜਦ ਸਾਡੇ ਕੋਲ ਲਾਉਣ ਨੂੰ ਜਗ੍ਹਾ ਨਹੀਂ ਸਾਡੇ ਕੋਲ ਉਹਨੂੰ ਸੰਭਾਲਣ ਦੀ ਜਗ੍ਹਾ ਨਹੀਂ ਔਰ ਉਸ ਤੋਂ ਬਾਅਦ ਸੰਭਾਲ ਤੋਂ ਬਾਅਦ ਜਿਹੜੀ ਉਹਦੀ ਕੁਆਲਿਟੀ 'ਚ ਫਰਕ ਪੈਣਾ ਜਾਂ ਉਹਦੇ ਜਿਹੜੇ ਚੌਲ ਬਣਨੇ ਆ ਚੰਗੇ ਨਹੀਂ ਉਸ ਕੁਆਲਿਟੀ ਦੇ ਨਹੀਂ ਬਣਨਗੇ ਜੀ ਤਾਂ ਉਹਦਾ ਜਿਹੜਾ ਸਾਰਾ ਅਸਰ ਆ ਉਹ ਨਜ਼ਲਾ ਜਿਹੜਾ ਡਿੱਗਣਾ ਵੈ ਕਿਉਂਕਿ ਜ਼ਿਮੀਦਾਰ ਨੇ ਤਾਂ ਆਪਣੇ ਪੈਸੇ ਲੈ ਕੇ ਘਰੇ ਚਲੇ ਜਾਣਾ ਜੀ ਅਤੇ ਉਹ ਆੜਤੀਆਂ 'ਤੇ ਡਿੱਗਣਾ ਜਾਂ ਸ਼ੈਲਰ ਵਾਲਿਆਂ 'ਤੇ ਡਿੱਗਣਾ ਸ਼ੈਲਰ ਵਾਲਿਆਂ ਨੇ ਸਾਡਾ ਮਾਲ ਨਹੀਂ ਲਵਾਉਣਾ ਅਤੇ ਉਹ ਆਖਿਰਕਾਰ ਆੜਤੀਆਂ 'ਤੇ ਗੱਲ ਆ ਜਾਣੀ ਹੈਗੀ ਹੈ ਸੋ ਅਸੀਂ ਇਹ ਗੱਲ ਨੂੰ ਆਪਣੇ ਆਪ ਨੂੰ ਬਚਾਉਂਦੇ ਹੋਏ ਔਰ ਇਹ ਪੰਜਾਬ ਲੈਵਲ 'ਤੇ ਹੈ ਕੋਈ ਇਹ ਨਹੀਂ ਹੈ ਵੀ ਕੋਈ ਅਸੀਂ ਜਗਰਾਉਂ ਲੈਵਲ 'ਤੇ ਗੱਲ ਕਰਦੇ ਹਾਂ ਜੀ ਅਸੀਂ ਕੱਲ੍ਹ ਤੋਂ ਮੈਮੋਰੈਂਡਮ ਵੀ ਦੇਵਾਂਗੇ ਐਡਮਿਨਿਸਟ੍ਰੇਸ਼ਨ ਨੂੰ ਜੀ ਸਾਡਾ ਜਿਹੜਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਨੋਨ ਪੋਲੀਟੀਕਲ ਹੈ ਸਰਕਾਰ ਦੀਆਂ ਨਾਲ ਚੱਲਦੇ ਹਾਂ ਸਰਕਾਰ ਦੇ ਮਦਦ ਵੀ ਲੈਂਦੇ ਮਦਦ ਦਿੰਦੇ ਵੀ ਹੈ ਹੁਣ ਸਾਨੂੰ ਮਦਦ ਦੀ ਜ਼ਰੂਰਤ ਹੈ ਤਾਂ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਔਰ ਸੈਂਟਰ ਗੌਰਮੈਂਟ ਨਾਲ ਬੈਠ ਕੇ ਇਹਦਾ ਹਿਸਾਬ ਕਰ ਜੋ ਵੀ ਉਹਨਾਂ ਦਾ ਸਿਸਟਮ ਹੈ ਸੈਂਟਰ ਗੌਰਮੈਂਟ ਨਾਲ ਸ਼ੈਲਰ ਵਾਲੇ ਨੇ ਜਿਹੜੀ ਹੜਤਾਲ ਹੈ ਉਹਨੂੰ ਛੇਤੀ ਤੋਂ ਛੇਤੀ ਖਿਲਾਉਣ ਔਰ ਤਾਂ ਕਿ ਅਸੀਂ ਜ਼ਿਮੀਦਾਰਾਂ ਨੂੰ ਵੀ ਕੋਈ ਤਕਲੀਫ ਨਾ ਆਵੇ ਅਸੀਂ ਚਾਹੁੰਦੇ ਹਾਂ ਵੀ ਜ਼ਿਮੀਦਾਰ ਸਾਡੇ ਸਫ਼ਰ ਨਾ ਕਰਨ ਪਰ ਹੁਣ ਜੇ ਸਾਡੇ ਕੋਲ ਲਾਉਣ ਨੂੰ ਜਗ੍ਹਾ ਨਹੀਂ ਹੋਊਗੀ ਤਾਂ ਸਾਡੀ ਮਜਬੂਰੀ ਹੈ ਵੀ ਅਸੀਂ ਜ਼ਿਮੀਦਾਰਾਂ ਦਾ ਮਾਲ ਕਿੱਥੇ ਲਾਵਾਂਗੇ ਮੱਕ ਦੀ ਗੱਲ ਇਹ ਹੈ ਜੀ ਵੀ ਹਾਂ ਵੀ ਜ਼ਿਮੀਦਾਰ ਜਿੰਨੀ ਜ਼ਿਮੀਦਾਰ ਜ਼ਿਮੀਦਾਰ ਜੇ ਸੁਣਾਈ ਜਿਹੜੀ ਹੁੰਦੀ ਹੈ ਜਿਹੜੀ ਅੱਜ ਦੀ ਤਰੀਕ ਹੈ ਉਹਦੇ ਵਿੱਚ ਸੁਣਵਾਈ ਨਾ ਤਾਂ ਕਿਸੇ ਵਪਾਰੀ ਦੀ ਹੁੰਦੀ ਹੈ ਨਾ ਕਿਸੇ ਐਡਮਿਨਿਸਟ੍ਰੇਟਿਵ ਦੀ ਹੁੰਦੀ ਹੈ ਜ਼ਿਮੀਦਾਰਾਂ ਦੀ ਸੁਣਵਾਈ ਕਰਦੀ ਹੈ ਸਰਕਾਰ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਦੋਂ ਜ਼ਿਮੀਦਾਰ ਆਪਣੇ ਸੜਕਾਂ 'ਤੇ ਆ ਕੇ ਜਦੋਂ ਉਹਨਾਂ ਦਾ ਮਾਲ ਨਹੀਂ ਤੁਲੂਗਾ ਜਦੋਂ ਉਹ ਜਾਮ ਲਾਉਣਗੇ ਫਿਰ ਮੇਰੇ ਖਿਆਲ ਵੀ ਸਰਕਾਰ ਜਾਗੂਗੀ ਹਾਂ ਫਿਰ ਉਹਨਾਂ ਦੇ ਭਾਵੇਂ ਜਾਗੇ ਅਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਇੰਨੇ ਦਿਨਾਂ ਦੇ ਅਸੀਂ ਉਸ ਤੋਂ ਪਹਿਲਾਂ ਸਾਡੀ ਆੜਤੀਆਂ ਦੀ ਹੜਤਾਲ ਸੀ ਅਸੀਂ ਐਗਰੀਕਲਚਰ ਮਿਨਿਸਟਰ ਨਾਲ ਮਿਲੇ ਚੰਡੀਗੜ੍ਹ ਔਰ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਲਿਫਟਿੰਗ ਹੋਊਗੀ ਬਕਾਇਦਾ ਹੋਊਗੀ ਅਸੀਂ ਹੜਤਾਲ ਖਤਮ ਕਰਤੀ ਉਹਨਾਂ ਦੀ ਇੰਸ਼ੋਰੈਂਸ 'ਤੇ ਔਰ ਅਸੀਂ ਕੰਮ ਕੀਤਾ ਆ ਕੇ ਮੰਡੀਆਂ ਦੇ ਵਿੱਚ ਔਰ ਤੁਸੀਂ ਦੇਖ ਲਓ ਸਾਡੇ ਸਾਹਮਣੇ ਵੀ ਅਸ ਕਿੱਡੇ ਕਿੱਡੇ ਢੇਰ ਲੱਗੇ ਪਏ ਆ ਐਂ ਲੱਗਦਾ ਜਿਵੇਂ ਇੱਥੇ 200-400 ਸ਼ੈਲਰ ਹੁੰਦਾ ਵਾ ਸੋ ਜਿਹੜਾ ਕਿਵੇਂ ਲੱਗਦਾ ਹੈਗਾ ਜੋ ਸਰਕਾਰ ਦਾ ਰਵੱਈਆ ਹੈਗਾ ਵਾ ਵੀ ਉਹ ਸੁਣਦੇ ਜਾਂ ਮਤਲਬ ਸਰਕਾਰ ਦਾ ਜਿਹੜਾ ਰੁਪਈਆ ਜੇ ਸੁਣਦੇ ਹੁੰਦੇ ਸੀ ਸਰਕਾਰ ਨੂੰ ਜਦ ਮੰਤਰੀ ਨਾਲ ਮੀਟਿੰਗ ਹੋ ਗਈ ਉਹਨੇ ਸਾਨੂੰ ਸ਼ੋਰ ਕਰ ਦਿੱਤਾ ਵੀ ਸ਼ੈਲਰ ਵਾਲੇ ਮਾਲ ਚੁੱਕਣਗੇ ਉਸ ਤੋਂ ਬਾਅਦ ਨਹੀਂ ਚੁੱਕਿਆ ਹੁਣ ਅਸੀਂ ਕੀ ਕਹੀਏ ਉਹਦੇ ਬਾਰੇ ਕੀ ਕਹੀਏ ਠੀਕ ਚਲੋ ਲਾਸਟ ਵਿੱਚ ਪ੍ਰਧਾਨ ਜੀ ਜੋ ਮਸਲਾ ਹੈਗਾ ਵਾ ਸ਼ੈਲਰ ਜੋ ਹੜਤਾਲ ਚੱਲਦੀ ਪਈ ਆ ਉਸ 'ਤੇ ਜੇ ਹੜਤਾਲ ਕਲੀਅਰ ਹੋ ਜਾਂਦੀ ਹੈਗੀ ਆ ਉਸ ਤੋਂ ਬਾਅਦ ਹੱਲ ਹੋਊਗਾ ਤੁਹਾਨੂੰ ਲੱਗਦਾ ਉਸ ਤੋਂ ਬਾਅਦ ਹੀ ਹੱਲ ਹੋਣਾ ਜੀ ਜਦੋਂ ਦੇਖੋ ਜਿਹੜੇ ਜਿਨ੍ਹਾਂ ਨੇ ਸਰਕਾਰ ਨੇ ਜਿੱਥੇ ਜਾ ਕੇ ਮਾਲ ਆਪਦਾ ਸੰਭਾਲਣਾ ਜਾਂ ਉਹ ਗੋਦਾਮਾਂ 'ਚ ਸੰਭਾਲ ਰਹੀ ਆ ਜਾਂ ਉਹ ਆਪਦੇ ਕਿਸੇ ਸ਼ੈਲਰਾਂ 'ਚ ਸੰਭਾਲ ਰਹੀ ਆ ਉਹ ਜਦੋਂ ਝੋਨਾ ਹੀ ਸ਼ੈਲਰਾਂ ਨੇ ਸਾਹਮਣਾ ਜਦੋਂ ਸ਼ੈਲਰ ਵਾਲੇ ਝੋਨਾ ਚੱਕਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਦੀ ਪੂਰਨਤਾ ਹੜਤਾਲ ਬੰਦ ਆ
तो कम बंद आई तो किमें साडा झोने चक लेंगे। बाकी गल होर मैं थोड़े चैनल राही गल कहनी चाहना प्रशासन वाले भी बेनती है भी देखो साड़ी एक जिम्मेवारी होंगी 72 घंटे की खरीद तो 72 घंटे की माल संभालने की जिम्मेवारी होंगी है असी उस जिम्मेवारी संभालांगे पूरी तनदेही साढ़े को तरपैलों का भी इंतजाम है क्रिटा का भी इंतजाम है। बाकी गल हैगी भी कल कोई क्वालिटी कट दी कोई देखो बारिश पै रही है वे माल देते चलो क्वालिटी कोई कल खराब होंगी या कल कोई पे झोने की खरीदे झोने की कल कोई वजन घटता तो जिम्मेवार सरकार प्रशासन होगा साड़ी कोई जिम्मेवारी नहीं होगी। एक असी होर एक बेनती करनी चाहते हैं भी साड़ी जो एग्रीकल्चर मिनिस्टर गुरमीत सिंह खोडियाई नाल इन्हां दे जिहड़े मंडी बोर्ड के चेयरमैन आ बरसठ साहब नाल जो हरचंद सिंह बरसठ जी नाल गल हुई मीटिंग हुई सी मीटिंग दे विच असी उन्होंने एक गल कही सी एक बायोमैट्रिक जिहड़ा एक नवां सिस्टम लागू होया किसानां दा जिहड़ा अंगूठा लाउणा उस अंगूठा लाए तो बिना एक बायोमैट्रिक मशीन की अवेलेबिलिटी चाहिए सी उहदे विच असी बिल्कुल आड़ती एसोसीएशन पंजाब ने इहदा विरोध करता सी भी असी बायोमैट्रिक मशीन नहीं लाउणियां उहदे विच सानू मंत्री साहब ने ते साडे मंडी बोर्ड के जिहड़े अफसर आ अपने चेयरमैन साहब आ हरचंद सिंह जी बरसड़ साहब ने गल कही सी भी असीं इहनूं जल्द तो जल्द भी मतलब जिहड़ा असीं इह सिस्टम जिहा लागू कीता सी इहनूं खत्म कर देंगे। उन्होंने भी गल कही सी भी साडे लई इक इह ट्रायल आ भी असीं इह कुछ कु मंडियां दे विच मतलब पंजाब दीआं 50% मंडियां विच इह ट्रायल करांगे पर जिहड़ा ट्रायल करांगे बायोमैट्रिक अटेंडेंस वाला इह साडी मार्केट कमेटी मंडी बोर्ड वल्लों ही कीता जाऊगा भी थोड़ी आड़तीआं दी कोई इह च जिम्मेवारी नहीं होगी। पर हुण जिवें चलो 2 दिन की खरीद बंद आ पर 2 दिन पहलां जदों खरीदां 3 दिन 4 दिन लगातार पईआं उहदे विच बायोमैट्रिक जिहड़ा सिस्टम जिहड़ा मंडी बोर्ड कोले होणा चाहीदा मार्केट कमेटियां कोले उह भी उहनां दा सिस्टम कोई प्रोपर चल नहीं रिहा उह भी हुण साडे आड़तीआं दे इस गल दा प्रैशर पा रहे आ भी तुसीं सिस्टम लियाओ आपदी अंगूठा लवा के किसान दा ते उहदा ऑनलाइन जे फार्म कढ लो जिहदा जे फार्म नहीं निकलूगा असीं उहदे बोली नहीं खरीद नहीं करनी। इह कोई साडे ते कोई दबके वाली गल नहीं हैगी इह जिहड़ा कम थोनूं मतलब सरकार ने जिहड़ा कम मंडी बोर्ड नूं दित्ता है मंडी बोर्ड नूं चाहीदा भी असीं उह जिम्मेवारियां जिहड़ा हैगा कम्मां दा पूरा करिए ते जिहड़ियां मशीनां हैगियां उहनां नूं पूरा बायोमैट्रिक मशीन लिया के ते इस सिस्टम नूं चलाउण जां बलता इहनूं बंद ही करो पहले नंबर तो तुहानूं बंद होने चाहिए क्योंकि जिहड़ी सरकार दा इहदे विच कदी हैगी आ भी आपां कहिंदे आ भी इहदे विच सरकार नूं छोटी चाहिए आ सरकार जिहड़ी पेमेंट पाउंदी सीधी जिमीदारां दे खाते पाउंदी होर उहदे उत्ते की छोटी होजू जी इह तां एवें हुण अंगूठे ला लो जी उह कर लो जी इह गल्लां साडे ते एवें मंडियां जा रहियां असीं इस गल्लां दा बिल्कुल विरोध करदे हां ना असीं इह गल्लां आपदे ते लागू कराउणियां ते दूजे नंबर ते सरकार नूं बेनती आ भी बायोमैट्रिक दा जिहड़ा भी गांह नूं खरीद चलूगी ते बायोमैट्रिक दा आपदी मंडी बोर्ड नूं पूरियां हदायतां जारियां करके भी जिहड़ा बायोमैट्रिक दा जिहड़ा सिस्टम आ उह मंडी बोर्ड दो ते दोई ते थ्रू ही इह मंडी बोर्ड दा सिस्टम चले साडे थ्रू ना चले। ठीक है जी की नाम है तुहाडा जी? मेरा नाम जी राजपाल पाला बाबा गल्ला मजदूर यूनियन पंजाब दा प्रधान भी ते जगराऊं भी जिहड़ी साडी समस्या वीर जी इह है पहली गल तो असी थोड़ा धन्नवाद इस करते हैं भी जिहड़ी साडे नाल तुसीं आ के साडियां मुश्किलां सांझियां करके सरकार तक पहुँचाउंदे हो उहदे वास्ते थोड़ा बहुत बहुत धन्नवाद आ। साडी हुण जिहड़ी मेन समस्या की है जी कि पिछली बार सरकार ने साडा 25% वाधा मन के मुख्यमंत्री साहब ने ऐलान करके वीडियो मजदूरी वेच साडा फलफार्मा रेट 25 पैसे का वाधा हुंदा जी असी वो मंग की सी असी 2011 वेच बादल सरकार ने सानू वो दिता भी सी ते उदू बाद पेंडिंग रख लिया भी चलो 25 पैसे थोनू गांह दे देंगे जो सरकार आऊगी उन्हें सरकार द्वारा नहीं आई। असी इस सरकार नू बड़ी उम्मीद रखते सी भी आम आदमी की पार्टी की सरकार आम आदमी की सरकार है ये भी ये मजदूरों पक्षी होगी तो मजदूरों की गल जरूर सुनी जाऊगी पर लेकिन असी जदों दी सरकार बनी है चलो पहला सीजन तो इन्होंने मतलब ऐ लंघ गया भी नवी सरकार बनी है इन्हों हजे को कुछ नहीं भी चलो गांह कर लाँगे गांह फिर उन्होंने मगर फिरते रहा चौथा सीजन तीजा लंघ चलिया सानू इन्हों मंग पत्र दिते असी मंग आपकी रखी भी एक तो जी फलफार्मा रेट जिहड़ा 1961 वाला मंडी बोर्ड के एक्ट के मुताबिक चलता उहनू चेंज करके उहदे विच साडा 25% का वाधा दिता जाए उहदे विचों वाधे विच तकरीबन साढ़े 1 रुपया 70-75 पैसे किस्त जिहड़ी मजदूरी विच बनती है इन्हां ने वह मन के पहलां धारीवाल साहब नाल मीटिंग हुई फिर उदू बाद कटारू चाकिया नाल हुई फिर उस तो बाद हरपाल चीमा नाल सब तो पहलां कीती फिर मुख्यमंत्री साहब नाल भी हुई फिर हुण खुड़िया नाल भी हुई पर कोई छिट्टा ना निकलण दे वाजों सानू भरोसा दे के ही मोड़ दे रहे आ। एक तां 25% का वाधा मंगिया सी असीं दूजियां साडियां 4-5 मंगां कुछ होर सीगियां आराम घर जिवें हो गया
तो ये बोरी का एक रेट एक भर्ती वो लदाई का रेट जोड़ा है ये सानू हुण दे रहे जी 1 रुपया 73 पैसे जिहड़े कि इन्हां दी एजेंसियां दी लेबर लाउंदियां उन्होंने मिल रहे हैं 70 रुपये अनलोड करन दे ते चक्का लवाउण दे। आ हुण तुसीं देख लो साडे बंदे आ मेहनत करके आ चक्के ला रहे आ जिहड़ा कोई पैसा नहीं है कोई लेबर नहीं मिलनी ये असीं हुण 3 रुपये तां दे के पहलां तां खलवाई है फिर 3 रुपये दे के इहनूं असीं लोड करवाउणा 6 पै गए हुण बारिश आ गई हुण इहनूं पलटांगे 3 रुपये असीं फेर देवांगे 9 रुपये सानू तो यह पै गए और 9 दे विचों सानू दे रही है सरकार 1 रुपया 73 पैसे असी यह भी आपकी मंग की भी यह असी 5 रुपये प्रति सानू लोडिंग का जोड़ा रेट आ थोड़े प्लेटफार्मे के मुताबिक तुम आप एजेंसियां लेबर जो लोड कर दियां ने गोदामों के अंदर दिने उस हिसाब ना किया जाए ये साढ़िया 4-5 मंगा सी पर इन्होंने साड़ी कोई भी मंग ना मानते हुए भरोसा देंदे रहे पर अखीर असी फिर इन्हों इस गल का चैलेंज भी करके आए भई असी जी ज आने वाले सीजन के जेकर साड़िया मंगा तुसी ना मनिया असी अनमिथे समय लिए हड़ताल करांगे। असी दोने पक्ष देखते हुए असी जिमीदार का ही पक्ष देखते हुए आड़तियां का ही पक्ष देखते हुए आपदी लेबर का ही पक्ष देखते हुए असी वह जिहड़ी हड़ताल की 5 तों 6 तरीक नूं 6 तों लैके असी 8 तों हड़ताल सानू खोलनी पई जो जिमीदारां दीआं मुश्किलां सामने आईया जां आड़तियां दीआं आईया पर सरकार ने भरोसा जरूर दिता भी थोड़ा इहदा हल करांगे पर हल कोई नहीं कढ़िया। जिहड़ी लिफ्टिंग दी प्रॉब्लम आई हुई है वो की दिक्कत आई वो लिफ्टिंग दी सर यह है भी ये जिहड़ी सैलर आल पंजाब दे अंदर सैलर मालकां दी हड़ताल आ सैलर मालकां ने हड़ताल की है कि सरकार ने इन्हां दी एक जिहड़ी राइस है चौल जिहड़ा वो इन्होंने एफ सी ने पास करना हुंदा जिहदा कि 64 लख रुपया एक चक्के का वो सैलर वालियां नूं कहिंदे भी 64 लख रुपया पहलां जमा कराओ ये चौल जे पास हो गया तो ठीक है नहीं चक्का आपका चक के लै जो सैलर वालियां दे कोले हुण देखो किसे सैलर च 3 लख है बोरी किसे 5 लख है किसे 6 लख है किसे 7 लख लगनी है वह कित्थों इन्ना मतलब पहला चौल लिया के पास करवाऊगा ये उस समस्या के अंदर सैलर मालकां ने हड़ताल अनमिथे समय लिए कर दी आल पंजाब उहदे नाल जिहड़ियां एजेंसियां माल खरीदियां वह अगे एजेंसियां 1985-87 दे विच आपदी पहला कस्टडी के अंदर माल खरीद के रख दियां सी बाद विच उह सैलर वाले नूं डिलीवरी कर दियां सी जां मतलब उन्हां नूं मिलिंग करन भेज दिंदियां सी हुण इह एजेंसियां जिन्नियां भी है एफ सी आई होई पंजाब सरकार दीआं 4-5 एजेंसियां जिहड़ियां है इह इत्थों मंडियों माल खरीद के सीधा जिहड़ा माल आ इह सैलर दे प्लांटां दे लवा दिंदी है वह माल लगदा है वह माल की मिलिंग करके बाद चे चौल एफ सी नूं दिंदे आ वो ना हुंदिया उन्होंने देख के हड़ताल सैलर मालकां ने करती ये जिहड़ा माल खरीदया गया ये माल कोई मतलब 17 नमी वाला नहीं है कोई 16 वाला नहीं है ये 18, 19, 20, 21 वाला है जिहड़ा कि जिमीदार भी मजबूर आ वढ़ के लिया के सट लिया इसनूं भर के रख लिया ये जिस दिन असीं चुकाउणा इहनूं 2 धुप्पां लग गईआं ये 2 किलो बोरी 3 किलो बोरी वजन जिहड़ा उड़ना तो जिहड़ा वजन उड़ना है ਉਹ ਸ਼ਾਲਟੇਜ ਦੇ ਰੂਪ ਵਿੱਚ ਸਾਡੇ ਤੇ ਹੀ ਪੈਣਾ ਲੇਬਰ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਜੀ ਤੁਸੀਂ ਮੰਗ ਪੱਤਰ ਦਿੱਤਾ ਇਸ ਤੋਂ ਇਲਾਵਾ ਕਿਸੇ ਨੂੰ ਅਸੀਂ ਜੀ ਮੰਗ ਪੱਤਰ ਪਹਿਲਾਂ ਤਾਂ ਸਾਡੇ ਹਲਕਾ MLA ਸਾਹਿਬ ਨੂੰ ਵੀ ਬਹੁਤ ਵਾਰੀ ਮੰਗ ਪੱਤਰ ਦਿੱਤੇ ਆ ਹਾਂਜੀ ਚਲੋ ਮਿਹਨਤ ਤਾਂ ਉਹਨਾਂ ਨੇ ਵੀ ਨਾਲ ਕੀਤੀ ਆ ਸਾਨੂੰ ਮੰਤਰੀ ਸਾਹਿਬ ਨੂੰ ਲਿਜਾ ਕੇ ਮਿਲਾਇਆ ਵੀ ਇੱਕ ਵਾਰ ਉਹਨੇ ਮੀਟਿੰਗ ਵੀ ਕਰਾਈ ਆ ਸਮੱਸਿਆ ਵੀ ਦੱਸੀਆਂ ਫਿਰ ਉਸ ਤੋਂ ਬਾਅਦ SDM ਨੂੰ ਵੀ ਦਿੱਤੇ ਆ ਮਾਰਕੀਟ ਕਮੇਟੀ ਸੈਕੀਆਂ ਨੂੰ ਵੀ ਦਿੱਤੇ ਆ ਹਰ ਇੱਕ MLA ਕੀ ਮੰਤਰੀਆਂ ਤੱਕ ਵੀ ਦਿੱਤੇ ਆ ਮੰਗ ਪੱਤਰ ਪਰ ਕਿਸੇ ਨੇ ਅੱਜ ਤੱਕ ਸਾਡੀ ਇਸ ਗੱਲ ਦੀ ਜਿਹੜੀ ਹੈ ਉਹ ਸੁਣਵਾਈ ਨਹੀਂ ਹੋਈ ਹੁਣ ਅਸੀਂ ਇਸ ਗੱਲ ਤੋਂ ਦੁਖੀ ਹੋਣ ਦੇ ਵਿੱਚ ਸੈਲਰ ਮਾਲਕਾਂ ਦੀ ਹੜਤਾਲ ਹੋ ਗਈ ਆਲ ਪੰਜਾਬ ਨਾਲ ਆੜਤੀਆਂ ਦੀ ਹੋ ਗਈ ਜ਼ਿਮੀਂਦਾਰ ਬਾਲ ਵੱਢ ਵੱਢ ਕੇ ਲਈ ਆਉਂਦਾ ਨਾ ਤਾਂ ਸਾਡੇ ਕੋਈ ਲਾਉਣ ਨੂੰ ਜਗ੍ਹਾ ਨਾ ਇਹਨੂੰ ਕਿਤੇ ਹੁਣ ਰੱਖਣ ਨੂੰ ਜਗ੍ਹਾ ਇਹ ਜਿਹੜਾ ਮਾਲ ਭਰ ਰਿਹਾ ਹੈ ਭਰ ਭਰ ਕੇ ਰੱਖਿਆ ਇਹ ਘਟੂਗਾ ਇਹਦਾ ਗਰੀਬਾਂ ਦੇ ਉੱਤੇ ਸਾਡੇ ਸ਼ਾਲਟੇ ਹੀ ਪੈਣੀ ਆ ਥੱਲਿਓਂ ਬਾਰਦਾਨਾ ਸਿਉਂਕ ਨੇ ਖਾ ਲਿਆ ਉਹ ਵੀ ਸਾਡੀ ਲੇਬਰ 'ਤੇ ਹੈ ਸ਼ਾਲਟੇ ਪੈ ਗਈ ਉਹ ਵੀ ਸਾਡੀ ਲੇਬਰ 'ਤੇ ਹੈ ਇਹਨੂੰ ਕੋਈ ਕੁਆਲਿਟੀ ਕੱਟ ਲੱਗ ਗਿਆ ਸਾਡੀ ਉਹ ਵੀ ਲੇਬਰ 'ਤੇ ਆ ਅਸੀਂ ਤਾਂ ਚਾਰੇ ਪਾਸੇ ਮਾਰੇ ਗਏ ਸਾਨੂੰ ਮਿਲਣੇ ਮੰਗ ਪੱਤਰ ਦਿੱਤੇ ਹੈਗੇ ਤਾਂ ਵੀ ਨਹੀਂ ਤੁਹਾਡਾ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਠੀਕ ਹੈ ਜੀ ਹੁਣ ਅੱਗੇ ਤੁਸੀਂ ਹੁਣ ਤੁਸੀਂ ਦੱਸਿਆ ਕਿ ਮੰਤਰੀ ਜੀ ਨੂੰ ਮਿਲ ਕੇ ਆਏ ਹੈਗੇ ਮੈਡਮ ਜੀ ਦੇ ਧਿਆਨ 'ਚ ਲਿਆਤਾ ਹੈਗਾ ਪਰ ਹੱਲ ਨਹੀਂ ਹੋਇਆ ਨਹੀਂ ਹੈ ਜੇ ਹੱਲ ਤੇ ਨਹੀਂ ਹੁੰਦਾ ਆਪਣਾ ਤਾਂ ਅੱਗੇ ਤੁਹਾਡਾ ਕੀ ਸੰਘਰਸ਼ ਰਹੂਗਾ ਅੱਗੇ ਦੇਖੋ ਜੀ ਅਸੀਂ ਹੁਣ ਸਾਰੇ ਪੰਜਾਬ ਦੇ ਅੰਦਰ ਦੁਬਾਰਾ ਆਪਦਾ ਫਿਰ ਮੈਸੇਜ ਲਾਤਾ ਹੈ ਵੀ ਭਾਈ ਜਦ ਤੱਕ ਸੈਲਰ ਵਾਲਿਆਂ ਦੀ ਹੜਤਾਲ ਹੈ
ਸੈਲਰ ਵਾਲਿਆਂ ਦੀਆਂ ਮੰਗਾਂ ਜਾਂ ਆੜ੍ਹਤੀਆਂ ਦੀਆਂ ਮੰਗਾਂ ਉਹ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਦੇ ਨਾਲ ਨਾਲ ਸਾਡੀ ਵੀ ਅਣਮਿੱਥੇ ਲਈ ਸਰਕਾਰ ਦੀ ਹੜਤਾਲ ਆ। ਜਦ ਤੱਕ ਸਰਕਾਰ ਸਾਡੀਆਂ ਮਜ਼ਦੂਰੀਆਂ ਵਿੱਚ 25% ਦਾ ਵਾਧਾ ਨਹੀਂ ਦਿੰਦੀ, ਅਸੀਂ ਆਲ ਪੰਜਾਬ ਉਸ ਤੋਂ ਬਾਅਦ ਫਿਰ ਹੁਣ ਪੱਕੇ ਹੜਤਾਲ 'ਤੇ ਜਾ ਬੈਠਾਂਗੇ। ਜੋ ਮਸਲੇ ਹੈਗੇ ਇਹਨਾਂ ਦੇ, ਇਹਨਾਂ ਨੇ ਤੁਹਾਨੂੰ ਜਾਣੂ ਕਰਵਾਇਆ ਸੀ ਵੀਡੀਓ ਵਿੱਚ, ਉਸ ਨੂੰ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਸਦਾ ਹੱਲ ਕਰਨਾ ਚਾਹੀਦਾ। ਵੇਖਦੇ ਰਹੋ ਰੈਗੂਲਰ ਗਰਾਊਂਡ 24 ਨਿਊਜ਼ ਚੈਨਲ, ਮੈਂ ਤੁਹਾਡਾ ਆਪਣਾ ਰਾਜ ਗਾਲਵ, ਧੰਨਵਾਦ।